ਪਾਇਨ ਤਾਂ ਕੀ ਹੋਇਆ? ਕੁਝ ਵੀ ਨਹੀਂ ਯਾਰ, ਛੱਡ ਦੇ। ਫਿਰ ਵੀ ਦੱਸੋ ਤੇ ਸਹੀ ਯਾਰ, ਮੈਂ ਆਪਣੀ ਵੋਟੀ ਕੋਲੋਂ ਬੜਾ ਤੰਗਾ। ਹੁਣ ਮੈਂ ਕੀ ਕਰਤਾ ਯਾਰ? ਕਿਸੇ ਹਾਲ ਤੇ ਖੁਸ਼ੀ ਨਹੀਂ ਹੁੰਦੀ। ਮਜਾ ਲੈ ਕੇ ਮੂੰਹ ਤੇ ਉਹਦੇ ਹਾਸਾ ਆ ਜਾਵੇ, ਖੁਸ਼ੀ ਆ ਜਾਵੇ, ਕੁਝ ਵੀ ਨਹੀਂ। ਫਿਰ ਵੀ ਕੀ ਹੋਇਆ ਯਾਰ? ਸਵੇਰ ਦਾ ਨਿਕਲਦਾ ਤੇ ਰਾਤੀ ਵਾਪਿਸ ਆਂਦਾ ਤੇ ਬਿਮਾਰਾਂ ਵਰਗੀ ਸ਼ਕਲ ਮੇਰੇ ਸਾਹਮਣੇ ਆ ਜਾਂਦੀ ਹੈ ਤੇ ਗਲਤੀ ਨਾਲ ਪੁੱਛ ਲਓ ਕਿ ਕੀ ਹੋਇਆ ਤੇ ਪੂਰੇ ਦਿਨ ਦੀ ਬਕ ਬਕ ਰੋਣਾ ਪੀਣਾ ਸ਼ੁਰੂ ਤੇ ਕਦੀ ਬੀਪੀ ਲੋ ਹੋ ਗਿਆ ਤੇ ਕਦੀ ਕਹਿੰਦੀ ਹੈ ਕਿ ਮੇਰਾ ਬੀਪੀ ਹਾਈ ਹੋ ਗਿਆ ਤੇ ਕਦੀ ਲੋ ਹੋ ਗਿਆ। ਮੈਂ ਤਾਂ ਪਾਗਲ ਹੀ ਹੋ ਗਿਆ ਰੋਜ਼ ਦੀ ਬਕ ਬਕ ਸੁਣ ਕੇ। ਔਰ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਸ਼ਕਨੂ ਤਾਂ ਬੜੀ ਹੱਟੀ ਕੱਟੀ ਸਿਹਤਮੰਦ, ਪਰ ਮੇਰੇ ਸਾਹਮਣੇ ਇਹ ਦਿਖਾਵਾ ਕਰਦੀ ਕਿ ਮੈਂ ਬੜੀ ਬਿਮਾਰ ਹਾਂ ਤੇ ਖਾਂਦੀ ਗੋਸ਼ਤ ਟਿੱਕੇ ਕਬਾਬ ਬੋਟੀਆਂ ਤੇ ਮੇਰੇ ਸਾਹਮਣੇ ਪਾਣੀ ਵਰਗੀ ਦਾਲਾਂ ਰੱਖਦੀ ਹੈ। ਇਹ ਗੱਲ ਸਹੀ ਹੈ ਕਿ ਨਹੀਂ ਦੱਸ ਮੈਨੂੰ? ਬਹੁਤ ਮਾੜੀ ਗੱਲ, ਮੈਂ ਤਾਂ ਪਾਗਲ ਹੀ ਹੋ ਗਿਆ। ਤੁਹਾਨੂੰ ਮੈਂ ਕੀ ਦੱਸਾਂ ਮੇਰੇ ਨਾਲ ਕੀ ਹੋ ਰਿਹਾ? ਤੁਹਾਡੇ ਕੀ? ਮੈਂ ਨਾ ਬਹੁਤ ਜ਼ਿਆਦਾ ਹੋ ਰਹੀ ਹੈ। ਤੁਸੀਂ ਆਪਣੀ ਛੱਡੋ, ਮੇਰੀ ਤੇ ਸੁਣ ਲਿਆ ਪਹਿਲੇ, ਮੇਰੀ ਸੁਣੋ ਤੁਸੀਂ। ਮੈਂ ਤੁਹਾਡੀ ਵੀ ਤੇ ਮੇਰੀ ਵੀ ਸੁਣੋ, ਤੁਸੀਂ ਛੱਡੋ। ਮੇਰੀ ਦੇ ਕੋਈ ਨਹੀਂ ਸੁਣਦਾ, ਤੁਸੀਂ ਸੁਣ ਲਓ ਮੇਰੀ। ਤੁਹਾਡੀ ਮੈਂ ਸੁਣ ਹੀ ਰਹਾ ਹੁਣ, ਮੇਰੀ ਵੀ ਸੁਣ ਲਓ। ਤੁਸੀਂ ਬੋਲੋ ਹੁਣ। ਤੁਹਾਨੂੰ ਪਤਾ ਨਹੀਂ ਕਿ ਮੇਰੇ ਸਾਥ ਹੋ ਕੀ ਰਿਹਾ ਹੈ। ਹੁਣ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ? ਦੱਸੋ। ਤੁਹਾਡਾ ਦਿਮਾਗ ਫਿਰ ਜਾਵੇਗਾ ਫਿਰ? ਨਹੀਂ, ਮੈਂ ਤੁਸੀਂ ਦੱਸੋ ਤੇ ਸਹੀ। ਉਹਦੇ ਬਾਦੂ ਮੇਰੇ ਉੱਤੇ ਸ਼ੱਕ ਕਰਦੀ ਹੈ ਕਿ ਮੇਰੀ ਕੋਈ ਗਰਲਫ੍ਰੈਂਡ ਹੈ। ਤੁਹਾਨੂੰ ਯਕੀਨ ਹੋ ਰਿਹਾ ਮੇਰੀ ਕੋਈ ਗਰਲਫ੍ਰੈਂਡ ਹੋਏਗੀ? ਮੇਰੀ ਸਿਹਤ ਵੇਖ ਕੇ ਦੱਸੋ ਤੁਸੀਂ, ਮੇਰੀ ਤੇ ਗਰਲਫ੍ਰੈਂਡ ਇਹ ਹੋ ਸਕਦਾ ਹੈ ਜੀ? ਤੋਬਾ ਤੋਬਾ ਤੋਬਾ, ਮੈਨੂੰ ਤਾਂ ਕੋਈ ਭੁੱਖ ਮਾਰੇ ਮੈਂ ਤੇ ਹਵਾ ਨਾਲ ਹੀ ਉੱਡ ਜਾਵਾਂ, ਮੈਂ ਤੇ ਪਾਗਲ ਹੀ ਹੋ ਗਿਆ। ਇਹ ਜਿੱਡਾ ਸ਼ੱਕ ਕਰਦੀ ਤੁਹਾਡੇ ਤੇ? ਹਾਂ ਤੇ ਹੋਰ। ਤੋਬਾ, ਕਿਹੋ ਜੀ ਬੀਵੀ ਤੁਹਾਨੂੰ ਲੱਭੀ? ਮੈਨੂੰ ਤਾਂ ਖੁਦ ਸਮਝ ਨਹੀਂ ਆਉਂਦੀ ਤੁਹਾਡੇ ਨਾਲ ਕੀ ਹੋਇਆ। ਹੁਣ ਇਹ ਦੱਸੋ ਤੁਸੀਂ। ਮੈਂ ਕੀ ਦੱਸਾਂ, ਮੈਨੂੰ ਨਾ ਬਹੁਤ ਮਾੜੀ ਹੋ ਰਹੀ ਹੈ ਕਾਰ 'ਚ। ਕੀ ਮਾੜੀ ਹੋ ਰਹੀ ਹੈ ਤੁਹਾਡੇ? ਬਹੁਤ ਮਾੜੀ, ਮੇਰਾ ਜੋਖਰ ਤੇ ਮੈਨੂੰ ਮੂੰਹ ਨਹੀਂ ਲਾਉਂਦਾ। ਮੂੰਹ ਨਹੀਂ ਲਾਉਂਦਾ ਤੁਹਾਨੂੰ? ਹਾਂ ਤੇ ਹੋਰ ਕੀ, ਇਹ ਕੀ ਗੱਲ ਹੋਈ? ਉਹ ਜਦੋਂ ਘਰ ਆਉਂਦਾ ਆ ਕੇ ਲੰਮੇ ਪਏ ਜਾਂਦਾ ਪੰਕ ਪੰਕ, ਨਾ ਕੋਈ ਰੋਟੀ ਦਾ ਪਤਾ, ਰੋਟੀਆਂ ਬਣਾ ਕੇ ਰੱਖਣੀ ਤੇ ਮੈਨੂੰ ਮੂੰਹ ਨਹੀਂ ਲਾਉਂਦਾ ਰੋਟੀ ਨੂੰ। ਪਹਿਲੇ ਜਦੋਂ ਨਵਾਂ ਨਵਾਂ ਬਿਆਹ ਹੁੰਦਾ ਸੀ ਮੈਨੂੰ ਕਹਿੰਦਾ ਸੀ ਤੁਹਾਡੇ ਹੱਥ ਦੀ ਰੋਟੀ ਮੈਨੂੰ ਬਹੁਤ ਸਵਾਦੀ ਲੱਗਦੀ ਹੈ, ਮੇਰੇ ਲਈ ਇਹ ਬਣਾ ਇਹ ਬਣਾ ਇਹ ਬਣਾ। ਮੈਂ ਤਾਂ ਬਣਾ ਬਣਾ ਮਰ ਗਈ ਹਾਂ ਉਹਦੇ ਲਈ। ਖਾਂਦਾ ਨਹੀਂ ਹੈ? ਹੁਣ ਤਾਂ ਮੂੰਹ ਨਹੀਂ ਲਾਉਂਦਾ ਰੋਟੀ ਨੂੰ, 3-3 ਘੰਟੇ ਰੋਟੀ ਟੇਬਲ 'ਚ ਪਈ ਰਹਿੰਦੀ ਆ, ਹੁਣ ਤਾਂ ਰੋਟੀ ਨੂੰ ਮੂੰਹ ਨਹੀਂ ਲਾਉਂਦਾ ਉਹ ਤੇ ਸਾਰਾ ਬਣਾ ਕੇ ਰੱਖੋ, ਕਹਿੰਦਾ ਲੂਣ ਕੰਮ ਆ ਮਿੱਠਾ ਬਹੁਤਾ। ਮੈਂ ਕੀ ਕਰਾਂ ਇੱਥੇ, ਮੈਂ ਤਾਂ ਪਕਾ 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 ਮਰ ਗਈਆਂ। ਤੁਸੀਂ ਰੋ ਮਤ, ਤੇ ਕੀ ਕਰਾਂ ਦੱਸੋ ਮੈਨੂੰ? ਤੁਸੀਂ ਲੂਣ ਜ਼ਿਆਦਾ ਡਾਲ ਦਿਆ ਕਰੋ। ਤੇ ਲੂਣ ਬਹੁਤਾ ਪਾਵਾ ਤੇ ਕਹਿੰਦਾ ਬਹੁਤਾ ਆ ਗਿਆ, ਤੇ ਕੱਟ ਪਾਵਾ ਤੇ ਕਹਿੰਦਾ ਕੱਟ, ਤੇਰੀ ਬੰਦਾ ਰੱਖਾ ਤੇ ਕਹਿੰਦਾ ਮੈਂ ਨਹੀਂ ਖਾਣੀ। ਪਰ ਉਹ ਪਤਾ ਨਹੀਂ ਕਿੱਥੇ ਜਾ ਕੇ ਖਾਣ ਦੇ ਰੋਟੀ, ਘਰ ਦੀ ਰੋਟੀ ਨੂੰ ਪਸੰਦ ਹੀ ਨਹੀਂ ਆਉਂਦੀ। ਰਾਤ ਦੀ ਗੱਲ ਤੁਹਾਨੂੰ ਦੱਸਾਂ, ਸਵੇਰੇ ਦੀ ਸਵੇਰੇ ਮੈਨੂੰ ਕਹਿ ਕੇ ਗਿਆ ਆਫਿਸ, ਮੈਂ ਵਾਪਸ ਆਵਾਂਗਾ ਤੇ ਮੈਂ ਛੇਤੀ ਹੋ ਜਾਏਗਾ ਵਾਪਸ 6 ਵਜੇ ਤੇ ਤਿਆਰ ਹੀ, ਮੈਂ ਤੈਨੂੰ ਫਿਲਮ ਖਾਣ ਲੈ ਕੇ ਜਾਣੀ। ਮੈਂ ਬੜੀ ਖੁਸ਼ ਹਾਂ, ਮੈਂ ਤਿਆਰ ਬੈਠੀ ਹਾਂ, ਮੈਂ ਕੱਪੜੇ ਤਿਆਰ ਕਰ ਲਏ, ਮੇਕਅਪ ਸ਼ੇਕਅਪ ਕਰ ਲਿਆ, ਮੈਂ ਫੁੱਲ ਰੈਡੀ ਤੇ ਮਰ ਜਾਣਾ ਆਇਆ ਹੀ ਨਹੀਂ। ਉਹਨੂੰ ਫੋਨ ਕਿਤੇ ਫੋਨ ਹੀ ਨਾ ਚੁੱਕਦਾ ਪਿਆ। ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ, ਮੈਂ ਬੜੀ ਪਰੇਸ਼ਾਨ ਕਿ ਫਿਲਮ ਵੇਖਣ ਜਾਣੀ ਸੀ ਘਰ ਨਹੀਂ ਆਇਆ, ਅਤੇ ਬਾਅਦ 'ਚ ਮੈਨੂੰ 8:30 9 ਵਜੇ ਘਰ ਆ ਕੇ ਕਹਿੰਦਾ ਮੈਂ ਬਿਜ਼ੀ ਬਹੁਤ ਸਾਂ। ਬਾਅਦ ਚ ਨਾ ਆ ਕੇ ਲੰਮੇ ਪੈ ਗਏ ਤੇ ਮੈਨੂੰ ਕਹਿੰਦਾ ਉਹ ਮੈਂ ਬਹੁਤ ਬਿਜ਼ੀ ਸਾਂ, ਜਦੋਂ ਉਹਦੇ ਕੱਪੜੇ ਲੈ ਨਹਾਉਣ ਵੜਿਆ ਮੈਂ ਬਾਅਦ ਚ ਉਹਦੇ ਕੱਪੜੇ ਵੇਖੇ ਤੇ 2 ਟਿਕਟਾਂ ਨਿਕਲੀਆਂ ਉਹਦੀ। ਕਿੰਨੀ ਟਿਕਟਾਂ? 2। ਤੇ ਮੈਨੂੰ ਕਹਿੰਦਾ ਕਿ ਮੈਂ ਨਹੀਂ ਗਿਆ ਫਿਲਮ ਵੇਖਣ। ਤੇ ਤੁਹਾਨੂੰ ਕੀ ਲੱਗਦਾ ਹੈ? ਮੈਨੂੰ ਕੀ ਲੱਗਦਾ ਸੀ, ਫਿਲਮ ਵੇਖਣ ਗਿਆ ਸੀ ਉਹ? ਕਿਹਦੇ ਨਾਲ? ਦ ਅਵੈਂਜਰਸ ਫਿਲਮ ਲੱਗੀ ਸੀ ਉਹ ਵੇਖਣ ਗਿਆ ਸੀ। ਕਿਹਦੇ ਨਾਲ? ਮੈਨੂੰ ਕੀ ਪਤਾ। ਤੁਹਾਨੂੰ ਐ ਹੀ ਨਹੀਂ ਪਤਾ, ਤੁਹਾਡਾ ਸ਼ੋਬਰਾ ਤੁਹਾਨੂੰ ਐ ਹੀ ਨਹੀਂ ਪਤਾ? ਕੁਛ ਦੱਸਿਆ ਤਾਂ ਫਿਰ ਪਤਾ ਲੱਗੇ ਨਾ ਮੈਨੂੰ। ਮੈਨੂੰ ਤਾਂ ਲੱਗਦਾ ਉਹਦਾ ਕਿਸੇ ਦੇ ਨਾਲ ਚੱਕਰ ਹੈ, ਮੈਂ ਤੁਹਾਨੂੰ ਦੱਸ ਦਵਾਂ। ਚੱਕਰ ਮੈਨੂੰ ਇਹੀ ਲੱਗਦਾ ਉਹਦਾ ਚੱਕਰ ਚੱਲਦਾ ਪਿਆ। ਤੁਸੀਂ ਪੁੱਛਦੇ ਕਿਉਂ ਨਹੀਂ ਪਏ? ਕਿਸੇ ਪੁੱਛਿਆ ਯਾਰ ਦਾ ਲਿੱਤਰ ਪਕੜੋ ਤੇ ਪੁੱਛੋ ਉਹਦੇ ਕੋਲ। ਨਹੀਂ ਪੜ ਸਕਦੀ ਨਾ, ਇਹ ਤੇ ਬੜੀ ਅਜੀਬ ਦੀ ਗੱਲ ਹੈ। ਸਾਡੀ ਦੋਨਿਆਂ ਦੀ ਤੇ ਕਿਸਮਤ ਹੀ ਪੈ ਰਹੀ ਹੈ। ਮੈਨੂੰ ਵੀ ਐ ਲੱਗਦਾ ਤੁਹਾਡਾ ਹਾਵੰਦ ਨਹੀਂ ਚੰਗਾ ਤੇ ਮੇਰੀ ਬੀਵੀ ਨਹੀਂ ਚੰਗੀ। ਮੂੰਹ ਨਹੀਂ ਲਾਉਂਦਾ ਮੈਨੂੰ। ਮੈਨੂੰ ਵੀ ਨਹੀਂ। ਸਾਨੂੰ ਕੁਝ ਸੋਚਣਾ ਚਾਹੀਦਾ ਇਹਨਾਂ ਦੋਨਾਂ ਦੇ ਬਾਰੇ ਤੇ, ਕੁਝ ਸੋਚੋ ਤੁਸੀਂ। ਸੋਚ ਲਿਆ ਮੈਂ। ਕੀ ਸੋਚਿਆ ਤੁਸੀਂ? ਹੁਣ ਮੈਂ ਉਹਦਾ ਫੋਨ ਹੀ ਨਹੀਂ ਚੁੱਕਣਾ।
ਵੇਖ ਲਈ ਮੈਂ ਵੀ ਨਹੀਂ ਬੱਚੇ ਦਾ ਫੋਨ ਮੈਂ ਜੀ ਉਹਦਾ ਫੋਨ ਚੁਕਾਂਗਾ ਮੈਂ ਵੀ ਨਹੀਂ ਚੁਕਾਂਗਾ ਹੁਣ ਨਹੀਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਸਾਡੀ ਅਜ਼ਾਬ ਕਰਤੀ ਸਾਡੀ ਜ਼ਿੰਦਗੀ ਵਾਕਈ ਭਾਈ ਮੇਰੇ ਕੋਲ ਤਾਂ ਫੋਨ ਆ ਗਿਆ ਮੈਂ ਚੱਲੀ ਹਾਂ ਤੁਸੀਂ ਤੇ ਰੁਕੋ ਉਹ ਰੁਕੋ ਤੁਸੀਂ ਐ ਕੀ ਹੋਇਆ ਅਜੀਬ ਹੀ ਗੱਲ ਹੈ ਅੱਲਾ ਮਾਫ ਕਰੇ ਹੁਣ ਕੀ ਆਈ ਕਰੇਗੀ ਹਾਣੀ ਭੈਣੇ ਤੈਨੂੰ ਕੀ ਹੋਇਆ ਉਹ ਪੰਜਾਬੀ ਗਲਤ ਹੋ ਗਈ ਥੀ ਇੱਕ ਮਿੰਟ ਸਾਡੀ ਮੈਂ ਨਹੀਂ ਮੈਂ ਨਹੀਂ ਯਾਰੀ ਬੋਲਣਾ ਸੋਚਣਾ ਚਾਹੀਏ ਇਨ ਦੋਨੋਂ ਕੇ ਬਾਰੇ ਮੈਂ ਸਾਨੂੰ ਕੁਛ ਸੋਚਣਾ ਚਾਹੀਦਾ ਇਨ ਦੋਨਾਂ ਦੇ ਬਾਰੇ ਤੇ ਕੀ ਸੋਚੀਏ ਭੈਣਾ ਕੁਝ ਵੀ ਭੈਣਾ ਸੋਚੋ ਤੁਸੀਂ ਕੀ ਸੋਚ ਸਕਦੇ ਸਾਡੀ ਦੀ ਕਿਸਮਤ ਨਹੀਂ ਭੈਣ ਸਾਡੀ ਕਿਸਮਤ ਹੀ ਖਰਾਬ ਹੈ ਭੈਣਾ ਉਹ ਭਾਈ ਇਹ ਕੀ ਆ ਗਿਆ ਰੇ گڈ لک فلور ملز کا وائٹ ویٹ آٹا خالص دیسی گندم حفظان صحت کے اصولوں کے مطابق جدید ترین لیبارٹریز کے زیر نگرانی صفائی دھلائی اور تیاری گڈ لک فلور ملز مہلن وال ملتان روڈ لاہور فار دا ایڈورٹیزمنٹ آف یور برانڈ کمپنی اور بزنس کانٹیکٹ اس ٹو آور فیس بک پیج